ਇਹ ਤਸਵੀਰਾਂ ਇੱਕ ਅਫਰੀਕੀ ਦੇਸ਼ ਇਕਵਾਟੋਰੀਅਲ ਗਿਨੀ ਦੀਆਂ ਹਨ ਜਿੱਥੇ ਬੀਤੀ ਕੱਲ ਇੱਕ ਮਿਲਟਰੀ ਬੈਰਕ ਵਿੱਚ ਲਗਾਤਾਰ ਬੰਬ ਧਮਾਕੇ ਹੋਏ ਜਿਸ ਤੋਂ ਬਾਅਦ ਲੋਕ ਡਰ ਨਾਲ ਇੱਧਰ ਉੱਧਰ ਦੌੜਦੇ ਹੋਏ ਵਿਖਾਈ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਧਮਾਕਿਆਂ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 600 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਰੱਖਿਆ ਮੰਤਰਾਲੇ ਨੇ ਐਤਵਾਰ ਦੇਰ ਰਾਤ ਬਿਆਨ ਜਾਰੀ ਕਰਕੇ ਦੱਸਿਆ ਕਿ ਸੰਭਵ ਤੌਰ ਤੇ ਬੈਰਕ ਵਿੱਚ ਹਥਿਆਰਾਂ ਦੇ ਡਿਪੋ ਵਿੱਚ ਅੱਗ ਲੱਗਣ ਨਾਲ ਧਮਾਕਾ ਹੋਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਧਮਾਕੇ ਵਿੱਚ 20 ਲੋਕਾਂ ਦੇ ਮਰਨ ਅਤੇ 600 ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ ਅਤੇ ਧਮਾਕਾ ਹੋਣ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਿਊਰੋ ਰਿਪੋਰਟ ਸਾਂਝ ਟੀਵੀ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ ਇੱਧਰ ਉੱਧਰ ਨਾ ਘੁੰਮੋ ਕਿਉਂਕਿ ਤੰਤਰ ਮੰਤਰ ਦੇ ਸਮਰਾਟ ਗੁਰੂ ਅਜਮੇਰੀ ਬਾਬਾ ਜੀ ਲੁਧਿਆਣੇ ਵਾਲੇ ਕਰਨਗੇ ਹਰ ਸਮੱਸਿਆ ਦਾ ਸਮਾਧਾਨ। ਹਰ ਇੱਕ ਕੰਮ ਦੀ ਗਰੰਟੀ ਅਸਟਾਮ ਪੇਪਰ ਤੇ ਲਿਖ ਕੇ ਲਓ। ਹੁਣ ਤੱਕ ਲੱਖਾਂ ਹੀ ਲੋਕ ਫਾਇਦਾ ਉਠਾ ਚੁੱਕੇ ਹਨ, ਤੁਸੀਂ ਵੀ ਵੇਖੋ ਚਮਤਕਾਰ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ, ਜਿਵੇਂ ਸੌਂਤਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲੰਬੀ ਬਿਮਾਰੀ ਤੋਂ ਛੁਟਕਾਰਾ ਪਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਪ੍ਰੇਮ ਵਿਆਹ ਜਾਂ ਫਿਰ ਉਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਪਣੇ ਪਤੀ ਬੇਟੇ ਜਾਂ ਭਰਾ ਨੂੰ ਨਸ਼ਾ ਛੁਡਾਉਣਾ, ਲਾਟਰੀ ਸੱਟੇ ਦਾ ਨੰਬਰ, ਘਰ ਵਿੱਚ ਖੂਨ ਦੇ ਛਿੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਘਰੇਲੂ ਝਗੜਿਆਂ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਬਾਬਾ ਜੀ ਕਹਿੰਦੇ ਨੇ, ਕਰਕੇ ਵਿਖਾਉਂਦੇ ਹਨ, ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 11 ਲੱਖ ਦਾ ਇਨਾਮ। ਸਾਰੀਆਂ ਥਾਵਾਂ ਤੋਂ ਧੱਕੇ ਖਾ ਕੇ ਅੱਗ ਚੁੱਕੇ ਲੋਕ ਇੱਕ ਵਾਰ ਫੋਨ ਜ਼ਰੂਰ ਕਰਨ। ਇੱਕ ਫੋਨ ਕਾਲ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ, ਤਾਂ ਫਿਰ ਦੇਰ ਕਿਉਂ, ਹੁਣੇ ਕਾਲ ਕਰੋ 98 768 00 768।